यूरोप दे विच किसी भी कंट्री च ट्रेडिंग जा इन्वेस्टिंग स्टार्ट करन दे लई सब तो बेस्ट ऐप की अज गल करांगे उहदे दे अकाउंट बनावांगे कि किवें उस ते अकाउंट बना के तुसी स्टॉक्स ते दूसरा सब तो वड्डा बेनीफिट इहदे विच तुसी जिहड़ी क्रिप्टो करंसी भी खरीद सकदे आ बिटकॉइन एथेरियम कार्डानो जां होर बहुत सारे कॉइनस इहदे विच अवेलेबल हैगे ने। इस दा सब तो वड्डा बेनीफिट ऐप दा इह आ कमीशन फ्री ऐप आ। दूसरा ये थानू स्टॉक्स बाय करते या सैल करते कोई पैसा देना नहीं पैंदा। तीसरा ये सिर्फ तुसी स्प्रैड पे करते हो जो तुसी स्टॉक्स नू पे करते हो जिमें कि होर सारे ऐप्स हैगे ने ट्रेडिंग 212 हैगा N3 हैगा लिबरटेक्स हैगा जां होर बहुत सारे ऐप्स दीआं पहलां मैं वीडियोज़ बनाईआं होईआं जिहड़े कि यूरोप दे विच ट्रेडिंग करन दे लई अवेलेबल ने। उहनां नालों ये डिफरेंट इस करके आ क्योंकि ये थानू कोई भी कमीशन पे नहीं करना पैंदा कोई पैसा एक्सट्रा देना नहीं पैंदा सिर्फ स्प्रैड दे के तुसी अपना अकाउंट ये ते बना सकदे ते स्टॉक्स जां क्रिप्टो दोनों ही इको ऐप दे विचों खरीद सकदे हो। मेरा अपना परसनल अकाउंट भी है इस ते पर अज असी इस ते अकाउंट सिखांगे कि किवें बना सकदे तुसी यूरोप की किसी कंट्री च भी हो ਤਾਂ ਇਸ 'ਤੇ ਅਕਾਊਂਟ ਬਣਾ ਕੇ ਤੁਸੀਂ ਟ੍ਰੇਡਿੰਗ ਜਾਂ ਇਨਵੈਸਟਿੰਗ ਸਟਾਰਟ ਕਰ ਸਕਦੇ ਹੋ। ਪਰ ਜੇ ਤੁਸੀਂ ਜਰਮਨ ਦੇ ਵਿੱਚ ਹੋ ਤਾਂ ਜਰਮਨ ਦੇ ਲਈ ਪਹਿਲਾਂ ਮੈਂ ਦੋ ਐਪਸ ਦੱਸੇ ਹੋਏ ਨੇ ਟ੍ਰੇਡ ਰਿਪਬਲਿਕ ਸਭ ਤੋਂ ਬੈਸਟ ਐਪ ਉਹੀ ਆ ਜਰਮਨ ਦੇ ਵਿੱਚ ਉਸਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਪਰ ਉਸ ਦੇ ਲਈ ਤੁਹਾਡੇ ਕੋਲ ਜਰਮਨ ਦਾ ਪਾਸ ਜਾਂ ਜਰਮਨ ਦੀ ਨੈਸ਼ਨੈਲਿਟੀ ਹੋਣੀ ਚਾਹੀਦੀ ਫਿਰ ਉਸ 'ਤੇ ਤੁਸੀਂ ਅਕਾਊਂਟ ਬਣਾ ਸਕਦੇ। ਦੂਸਰਾ ਸਕੇਲੇਬਲ ਕੈਪੀਟਲ ਤੁਸੀਂ ਮੇਰੀ ਸਕਰੀਨ 'ਤੇ ਦੇਖ ਹੀ ਸਕਦੇ ਹਾਂ ਸ਼ਾਇਦ ਸਕੇਲੇਬਲ ਕੈਪੀਟਲ 'ਤੇ ਜੇ ਤੁਹਾਡੇ ਕੋਲ ਜਰਮਨ ਦਾ ਪਾਸਪੋਰਟ ਨਹੀਂ ਹੈ ਜਰਮਨ ਦਾ ਨੋਰਮਲ ਵੀਜ਼ਾ ਤੁਹਾਡੇ ਕੋਲ ਹੈਗਾ ਅਤੇ ਇਸ 'ਤੇ ਤੁਸੀਂ ਅਕਾਊਂਟ ਬਣਾ ਸਕਦੇ ਹਾਂ। ਨੋਰਮਲੀ ਇਸ ਦੀ ਵੀ ਬਿੱਲਾਂ ਮੈਂ ਵੀਡੀਓ ਬਣਾਈ ਹੋਈ ਆ ਅਤੇ ਇਸ ਦਾ ਵੀ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ। ਜੇ ਟ੍ਰੇਡ ਰਿਪਬਲਿਕ ਦੇ ਲਿੰਕ ਤੋਂ ਤੁਸੀਂ ਕਲਿੱਕ ਕਰਕੇ ਟ੍ਰੇਡ ਰਿਪਬਲਿਕ ਡਾਊਨਲੋਡ ਕਰਦੇ ਹਾਂ ਅਤੇ 15 euro ਤੁਹਾਨੂੰ ਆਉਣਗੇ 15 euro ਮੈਨੂੰ ਆਉਣਗੇ ਦੋਨਾਂ ਨੂੰ ਬੈਨੀਫਿਟ ਹੋਏਗਾ। ਜੇ ਸਕੇਲੇਬਲ ਕੈਪੀਟਲ 'ਚ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਇੱਕ ਫਰੀ ਬ੍ਰੋਕਰ ਮਿਲੇਗਾ ਅਤੇ ਮੈਨੂੰ ਵੀ 5% ਤੱਕ ਜਿਹੜਾ ਇਹਦੇ ਵਿੱਚ ਪ੍ਰੋਫਿਟ ਹੋਵੇਗਾ ਜਦੋਂ ਕਿ ਮੈਂ ਕੋਈ ਪਰਚੇਸ ਕਰਾਂਗਾ ਸਟੋਕ ਜਾਂ ਸੈੱਲ ਕਰਾਂਗਾ ਦੋਨਾਂ ਦਾ ਬੈਨੀਫਿਟ ਆ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ 'ਤੇ ਵੀਡੀਓਜ਼ ਦੇਖਦੇ ਹੋ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਵਧੀਆ ਵੀਡੀਓਜ਼ ਲੈ ਕੇ ਆਉਂਦਾ ਰਹਾਂ ਟ੍ਰੇਡਿੰਗ ਰਿਲੇਟਡ ਈਬੇ ਦੇ ਰਿਲੇਟਡ ਅਤੇ ਜੇ ਤੁਸੀਂ ਮੇਰੀ ਵੀਡੀਓ ਪੂਰੀ ਦੇਖਦੇ ਹੋ ਤਾਂ ਉਸਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਜੇ ਤੁਸੀਂ ਨਹੀਂ ਕੀਤਾ ਹੋਇਆ ਨੋਟੀਫਿਕੇਸ਼ਨ ਬੈੱਲ ਜਿਹੜੀ ਆ ਉਹ ਕਲਿੱਕ ਕਰ ਲਓ ਤੁਹਾਡੇ ਕੋਲ ਜਦੋਂ ਵੀ ਵੀਡੀਓ ਆਇਆ ਕਰੇਗੀ ਨੋਟੀਫਿਕੇਸ਼ਨ ਆ ਜਾਇਆ ਕਰੇਗਾ। ਅਤੇ ਤੁਸੀਂ ਕਰਨਾ ਕੀ ਆ ਐਪ ਸਟੋਰ 'ਚੋਂ ਜਾ ਕੇ eToro ਐਪ ਡਾਊਨਲੋਡ ਕਰ ਲੈਣਾ। eToro ਐਪ ਓਪਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਰ ਕੀ ਸਕਦੇ ਇਹਦੇ ਵਿੱਚ 3 ਤਰ੍ਹਾਂ ਤੁਸੀਂ ਜਿਹੜੀ ਰਜਿਸਟਰ ਕਰ ਸਕਦੇ ਆਪਣੇ ਆਪ ਨੂੰ ਤੁਸੀਂ ਇਹਦੇ ਵਿੱਚ ਦੇਖ ਸਕਦੇ ਸਾਈਨ ਅਪ 'ਤੇ ਕਲਿੱਕ ਕਰੋਗੇ ਇਸ ਤਰ੍ਹਾਂ ਤੁਸੀਂ ਆਪਣਾ ਯੂਜ਼ਰ ਨੇਮ ਰੱਖਣਾ ਉਸ ਤੋਂ ਬਾਅਦ ਈਮੇਲ ਆਈਡੀ ਪਾਸਵਰਡ ਅਤੇ ਦੋਨੇ ਟਰਮਸ ਜਿਹੜੀਆਂ ਕਲਿੱਕ ਕਰਕੇ ਕ੍ਰੀਏਟ ਅਕਾਊਂਟ ਜਾਂ ਫਿਰ ਤੁਸੀਂ ਜੇ ਤੁਹਾਡੇ ਕੋਲ ਐਪਲ ਆਈਡੀ ਹੈ ਐਪਲ ਦੇ ਥਰੂ ਕਰ ਸਕਦੇ ਹੋ ਸਾਈਨ ਅਪ ਫੇਸਬੁੱਕ ਦੇ ਥਰੂ ਵੀ ਡਾਇਰੈਕਟ ਇਹਦੇ 'ਤੇ ਕਰ ਸਕਦੇ ਹੋ ਅਤੇ ਗੂਗਲ ਦੇ ਥਰੂ ਵੀ ਉਸ ਤੋਂ ਬਾਅਦ ਤੁਹਾਡੀ ਈਮੇਲ ਆਈਡੀ ਅਤੇ ਪਾਸਵਰਡ ਤੁਸੀਂ ਕੋਈ ਵੀ ਆਪਣਾ ਜਿਹੜਾ ਸਿਕਿਓਰ ਤੁਹਾਡੇ ਲਈ ਆ ਉਹ ਰੱਖ ਸਕਦੇ ਅਤੇ ਉਸ ਤੋਂ ਬਾਅਦ ਡਾਇਰੈਕਟ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਹਾਡੇ ਸਾਹਮਣੇ ਅਕਾਊਂਟ ਓਪਨ ਹੋਵੇਗਾ ਵੈਲਕਮ eToro ਤੁਸੀਂ ਦੇਖ ਸਕਦੇ ਹਾਂ। ਪਰ ਇਸ ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਹੁਣ ਚੈੱਕ ਕਰੋਗੇ ਅਸੀਂ ਅੱਗੇ ਜਾਂਦੇ ਹਾਂ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਾਰਕੀਟ ਸ਼ੋ ਹੋਣ ਲੱਗ ਪਈ ਆ ਇਹਦੇ ਵਿੱਚ ਪਰ ਤੁਹਾਨੂੰ ਆਪਣੀ ਪ੍ਰੋਫਾਈਲ ਜਿਹੜੀ ਆ ਉਹ ਕੰਪਲੀਟ ਕਰਨੀ ਆ ਪਹਿਲਾਂ ਤੋਂ ਹੀ ਕਿਉਂਕਿ ਇਸ ਤੋਂ ਬਾਅਦ ਹੀ ਤੁਸੀਂ ਇਸ ਦੇ ਵਿੱਚ ਡਿਪੋਜ਼ਿਟ ਕਰ ਸਕਦੇ ਹਾਂ। ਕੰਪਲੀਟ ਕਰਾਂਗੇ ਪ੍ਰੋਫਾਈਲ ਪ੍ਰੋਫਾਈਲ 'ਤੇ ਕੀ ਜਾਵਾਂਗੇ ਤੁਸੀਂ ਦੇਖ ਸਕਦੇ ਹਾਂ ਆਨਸਰ ਡਿਪੋਜ਼ਿਟ ਜਿਹੜੀ ਅਪ ਟੂ 2000 euro ਉਹਨਾਂ ਨੇ ਰੱਖੀ ਹੋਈ ਹੁਣ ਜਿਹੜੀ ਆ ਵੀ ਫੁੱਲੀ ਕੰਪਲੀਟਡ ਯੂਰੋ ਪ੍ਰੋਫਾਈਲ ਰਿਮੂਵ ਯੂਰ ਲਿਮਿਟੇਸ਼ਨ ਆ ਉਹ ਰਿਮੂਵ ਕਰ ਸਕਦੇ ਹਾਂ ਜਦੋਂ ਤੁਸੀਂ ਆਪਣੀ ਕੰਪਲੀਟ ਕਰ ਦਿੰਦੇ ਹਾਂ ਇਹਦੇ ਵਿੱਚ ਪ੍ਰੋਫਾਈਲ। ਵੈਸੇ ਨਹੀਂ ਤਾਂ ਤੁਹਾਨੂੰ ਇਹ ਕਹਿ ਸਕਦੇ ਹਾਂ ਇਹਦੇ ਵਿੱਚ ਇੰਨੇ ਡਿਪੋਜ਼ਿਟ ਕਰ ਸਕਦੇ ਹਾਂ ਉਸ ਤੋਂ ਅੱਗੇ ਤੁਸੀਂ ਟ੍ਰੇਡਿੰਗ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਐਪ ਦਾ ਇਸੇ ਤਰ੍ਹਾਂ ਸਿਸਟਮ ਹੁੰਦਾ। ਉਸ ਤੋਂ ਬਾਅਦ ਤੁਸੀਂ ਆਪਣੀ ਡੇਟ ਆਫ ਬਰਥ ਦੇਣੀ ਆ ਹੋ ਗਿਆ ਜਿਹੜਾ ਵੀ ਤੁਹਾਡਾ ਐਡਰੈਸ ਆ ਜਿਸ ਵੀ ਕੰਟਰੀ 'ਚ ਤੁਸੀਂ ਰਹਿੰਦੇ ਆ ਕੰਟਰੀ ਤੁਹਾਡੀ ਜਿਹੜੀ ਮਰਜ਼ੀ ਹੋ ਸਕਦੀ ਆ ਸਾਰੀਆਂ ਕੰਟਰੀਆਂ 'ਚ ਲਗਭਗ ਇਹ ਅਵੇਲੇਬਲ ਹੈਗਾ ਆ ਜਦੋਂ ਤੁਸੀਂ ਆਪਣੀ ਕੰਟਰੀ ਦੇ ਦਿੱਤੀ ਉਸ ਤੋਂ ਬਾਅਦ ਜਿਸ ਕੰਟਰੀ 'ਚ ਤੁਸੀਂ ਇੱਥੇ ਦੇਖ ਸਕਦੇ ਦਿਸ ਕੰਟਰੀ ਇਜ਼ ਬੋਥ ਮਾਈ ਬਰਥ ਪਲੇਸ ਐਂਡ ਕੰਟਰੀ ਆਫ ਸਿਟੀਜ਼ਨ ਜੇ ਤੁਸੀਂ ਉਸ ਕੰਟਰੀ ਦੇ ਵਿੱਚ ਜੰਮੇ ਨਹੀਂ ਹੋ ਜਿਸ ਕੰਟਰੀ 'ਚ ਰਹਿੰਦੇ ਹੋ ਤੁਸੀਂ ਉਸ ਤੋਂ ਬਾਅਦ ਤੁਸੀਂ ਇਸ 'ਤੇ ਕਲਿੱਕ ਕਰ ਸਕਦੇ ਹੋ ਵੀ ਉੱਥੇ ਤੁਸੀਂ ਨਹੀਂ ਜੰਮੇ ਹੈਗੇ ਅਤੇ ਦੋਨਾਂ ਤੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਟੈਕਸ ਦੇਣ ਵੇਲੇ ਜਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਤੁਸੀਂ ਆਪਣਾ ਇਹਦੇ ਵਿੱਚ ਐਡਰੈਸ ਦੇ ਦੇਣਾ ਅਤੇ ਉਸ ਤੋਂ ਬਾਅਦ 2-3 ਇਹਨਾਂ ਦੇ ਸਵਾਲ ਹੋਣਗੇ ਤੁਹਾਡੇ ਸਟੋਕਸ ਐਕਸਪੀਰੀਅੰਸ ਦੇ ਰਿਲੇਟਡ ਤੁਹਾਡਾ ਜਿਸ ਨੂੰ ਵੀ ਤੁਸੀਂ ਟ੍ਰੇਡਿੰਗ ਕੀਤੀ ਆ ਜਾਂ ਨਹੀਂ ਕੀਤੀ ਇਸ ਤਰ੍ਹਾਂ ਦਾ ਇਹ ਸਵਾਲ ਪੁੱਛਦੇ ਆ ਫਿਰ ਹੀ ਤੁਹਾਨੂੰ ਇਹ ਦੱਸਦੇ ਆ ਕਿ ਤੁਹਾਡਾ ਕਿੰਨਾ ਕੁ ਰਿਸਕ ਹੋ ਸਕਦਾ ਇਹਦੇ ਵਿੱਚ ਜੇ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਪੁੱਛਦੇ ਆ ਕਿ ਤੁਸੀਂ ਕਿੰਨੀ ਟਾਈਮ ਦੇ ਵਿੱਚ 1 ਸਾਲ ਦੇ ਵਿੱਚ ਕਿੰਨੀ ਕੁ ਵਾਰੀ ਜਿਹੜੀ ਆ ਇਹਦੇ ਵਿੱਚ ਕੀਤੀ ਹੋਈ ਆ ਇਨਵੈਸਟਿੰਗ
ਤੁਸੀਂ ਮੈਂ ਤਾਂ ਬਥੇਰੀ ਕੀਤੀ ਹੋਈ ਆ ਲਗਭਗ, ਤੁਸੀਂ 1 ਤੋਂ 10 ਵੀ ਲਿਖ ਸਕਦੇ ਹੋ, ਨੈਵਰ ਵੀ ਲਿਖ ਸਕਦੇ ਹੋ, ਅਤੇ ਕ੍ਰਿਪਟੋ ਦੇ ਵਿੱਚ ਤੁਸੀਂ 10 ਤੋਂ 20 ਅਪਰੋਕਸੀਮੇਟਲੀ ਤੁਹਾਡੀ ਪ੍ਰੋਫਾਈਲ ਲਈ ਵਧੀਆ ਹੋ ਸਕਦਾ। ਅਤੇ ਉਸ ਤੋਂ ਬਾਅਦ ਤੁਹਾਡਾ ਲੈਵਰੇਜ ਟ੍ਰੇਡਿੰਗ, ਇਹਦੇ ਵਿੱਚ ਲੈਵਰੇਜ ਟ੍ਰੇਡਿੰਗ ਇਸ ਤਰ੍ਹਾਂ, ਲੈਵਰੇਜ ਟ੍ਰੇਡਿੰਗ 'ਤੇ ਵੀ ਵੀਡੀਓ ਬਣਾਵਾਂਗਾ ਮੈਂ, ਕਿ ਤੁਸੀਂ ਸਿਰਫ 100 ਯੂਰੋ ਲਗਾ ਕੇ 1000 ਯੂਰੋ ਦੀ ਟ੍ਰੇਡਿੰਗ ਕਰ ਸਕਦੇ ਹਾਂ। ਤੁਹਾਡੇ ਕੋਲ 500 ਯੂਰੋ ਆ, ਤੁਸੀਂ 5000 ਯੂਰੋ ਦੀ ਟ੍ਰੇਡਿੰਗ ਕਰ ਸਕਦੇ। ਮੈਂ ਇਸੇ ਤਰ੍ਹਾਂ ਇਹਦੇ ਵਿੱਚ ਕਾਫੀ ਵਾਰ ਜਿਹੜੇ ਆ ਲੈਵਰੇਜ ਟ੍ਰੇਡਿੰਗ ਕਰਕੇ ਪੈਸੇ ਜ਼ਿਆਦਾ ਬਣਾ ਲੈਣਾ, ਪ੍ਰੋਫਿਟ ਬਣਾ ਲੈਣਾ, ਪਰ ਰਿਸਕੀ ਵੀ ਇੰਨਾ ਹੁੰਦਾ ਕਿ ਇਹਦੇ ਵਿੱਚ ਤੁਹਾਡੀ ਜਿਹੜੀ ਆ 50% ਮਨੀ ਜਿਹੜੀ ਆ 2-4 ਸੈਕਿੰਡ ਦੇ ਵਿੱਚ ਹੀ ਲੋਸ ਹੋ ਸਕਦਾ, ਅਤੇ ਉਸ ਤੋਂ ਬਾਅਦ 50% ਜਦੋਂ ਇਹਦੇ ਵਿੱਚ ਲੋਸ ਹੋ ਜਾਂਦਾ ਤਾਂ ਇਹ ਤੁਹਾਨੂੰ ਬਾਹਰ ਕੱਢ ਦਿੰਦੇ ਆ। ਇਸ ਕਰਕੇ ਲੈਵਰੇਜ ਟ੍ਰੇਡਿੰਗ ਬੜੀ ਰਿਸਕੀ ਆ, ਆਪਸ਼ਨਸ ਬੜੀ ਟ੍ਰੇਡਿੰਗ ਰਿਸਕੀ ਆ, ਉਹਨਾਂ 'ਤੇ ਵੀ ਵੀਡੀਓ ਬਣਾਵਾਂਗਾ, ਪਰ ਤੁਸੀਂ ਇਹਦੇ 'ਤੇ ਲਿਖ ਸਕਦੇ ਹੋ ਕਿੰਨੀ ਕੁ ਵਾਰੀ ਤੁਸੀਂ ਐਸਟੀਮੇਟ ਕੀਤਾ ਹੋਇਆ। ਉਹਨਾਂ ਨੇ ਕਿਹਾ ਵੀ ਇਨਵੈਸਟ ਤੁਸੀਂ ਕੀਤਾ, ਇਸ 'ਤੇ ਵੀ ਤੁਸੀਂ ਇਹ ਲਿਖ ਸਕਦੇ ਆ ਜਾਂ ਘੱਟ ਵੀ ਲਿਖ ਸਕਦੇ ਆ। ਤੁਸੀਂ ਹੁਣ ਇਹਦੇ ਬਾਰੇ ਟ੍ਰੇਡਿੰਗ ਨੌਲੇਜ ਜਿਹੜੀ ਆ ਕਿੱਥੋਂ ਲਈ ਆ, ਟੈਂਡਿੰਗ ਟ੍ਰੇਡਿੰਗ ਕੋਰਸ ਤੁਸੀਂ ਲਿਖ ਸਕਦੇ ਆ, ਨਹੀਂ ਤਾਂ ਤੁਸੀਂ ਨਹੀਂ ਲਿਖ ਸਕਦੇ, ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈਗੀ। ਠੀਕ ਆ, ਤੁਸੀਂ ਹੁਣ ਦੇਖ ਸਕਦੇ ਆ ਉਹਨਾਂ ਨੇ ਤੁਹਾਨੂੰ ਨੌਲੇਜ ਦੇ ਬਾਰੇ ਵਿੱਚ ਕੁਛ ਨਾ ਕੁਛ ਕੀਤਾ ਪੁੱਛਿਆ ਵੀ 20 ਵਾਰੀ ਲੈਵਰੇਜ ਕਰੋਗੇ ਕਿਹੜੀ ਇਹਦੀ ਸਹੀ ਹੋ ਸਕਦੀ ਆ, ਕੋਈ ਵੀ ਸਵਾਲ ਦੇ ਜਵਾਬ ਹੈ ਨਾ। ਪਲੈਨ ਤੁਹਾਡਾ ਕਾਹਦੇ ਕਾਹਦੇ ਵਿੱਚ ਆ, ਸਟੋਕਸ ਆ, ਕ੍ਰਿਪਟੋ 'ਚ ਆ, 40% ਤੁਹਾਡੀ ਹੋ ਗਈ 42%, ਅਤੇ ਕਿੰਨੇ ਟਾਈਮ ਲਈ ਤੁਸੀਂ ਪੋਜੀਸ਼ਨ ਜਿਹੜੀ ਓਪਨ ਰੱਖਣਾ ਚਾਹੁੰਦੇ ਹੋ, 50 ਸੈਕਿੰਡਸ ਔਫ ਅਤੇ ਸਾਰਾ ਟਾਈਮ ਜਾਂ ਜਿੰਨਾ ਟਾਈਮ ਵੀ, ਅਸੀਂ ਮੋਰ ਦੈਨ ਸੈਵਰਲ ਈਅਰ ਕਰ ਸਕਦੇ ਹਾਂ। ਉਸ ਤੋਂ ਬਾਅਦ ਇਸ ਟਰਮ ਲਈ ਤੁਸੀਂ ਜਿਹੜੀ ਆ ਟ੍ਰੇਡਿੰਗ ਇਹਦੇ 'ਤੇ ਕਰਨਾ ਚਾਹੁੰਦੇ ਹੋ, ਫਿਊਚਰ ਪਲੈਨ ਲੈ ਸਕਦੇ ਹੋ, ਅਡੀਸ਼ਨਲ ਰੈਵੈਨਿਊ ਸੇਵਿੰਗ ਫਾਰ ਹੋਮ, ਫਿਊਚਰ ਪਲੈਨਿੰਗ ਆਪਾਂ ਕਰਾਂਗੇ। ਉਸ ਤੋਂ ਬਾਅਦ ਤੁਹਾਡਾ ਰਿਸਕ ਜਿਹੜਾ ਵੀ ਕਿੰਨਾ ਇਹਦੇ ਵਿੱਚ ਤੁਸੀਂ ਪੈਸਾ ਇਨਵੈਸਟ ਕਰਕੇ ਲੈ ਸਕਦੇ ਹੋ, 1000 ਤੋਂ $5000 ਹੁਣ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਦੇ ਸਕਦੇ ਹਾਂ। ਤੁਹਾਡਾ 80% ਤੱਕ ਗੇਨ ਹੋ ਸਕਦਾ ਇੰਨੇ ਪੈਸਿਆਂ ਦੇ ਵਿੱਚ, 50% ਲੋਸ ਹੋ ਸਕਦਾ। ਇਸ ਤਰ੍ਹਾਂ ਤੁਸੀਂ ਕੋਈ ਵੀ ਇਹਦੇ ਵਿੱਚੋਂ ਰਿਸਕ ਜਿਹੜਾ ਤੁਹਾਡਾ ਜਿੰਨਾ ਕੁ ਤੁਸੀਂ ਚਾਹੁੰਦੇ ਹੋ ਉਨਾ ਕੁ ਰਿਸਕ ਲੈ ਸਕਦੇ ਹੋ, ਕਿ ਸਾਨੂੰ ਮੈਂ 24-25% ਤੱਕ ਰਿਸਕ ਸਹਿ ਸਕਦਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਆ ਡਸ ਨੋਟ ਅਪਲਾਈ, ਜਿਹੜਾ ਵੀ ਤੁਸੀਂ ਮੈਂਬਰ ਜਿਹੜਾ ਕਰ ਸਕਦੇ ਹੋ ਇਹਦੇ ਵਿੱਚ, ਜੇ ਨਹੀਂ ਕਰਨਾ ਨੋਨ ਅਪਲਾਈ। ਅਤੇ ਸੋਰਸਸ ਆਫ ਇਨਕਮ ਆਪਣੀ ਤੁਸੀਂ ਦੱਸ ਸਕਦੇ ਹੋ, ਸੈਲਰੀ, ਸੇਵਿੰਗ, ਇਨਵੈਸਟਮੈਂਟ ਹੈਗਾ, ਜਿਹੜਾ ਵੀ ਤੁਸੀਂ ਇਹਦੇ ਵਿੱਚ ਕੰਮ ਕਰਦੇ ਹੋ ਬੜਾ ਤੁਸੀਂ ਦੱਸ ਦੇਣਾ। ਇਹ ਮੈਂ ਸਾਰਾ ਕੁਛ ਆਪਣੇ ਹਿਸਾਬ ਨਾਲ ਕੀਤਾ, ਤੁਸੀਂ ਆਪਣੇ ਹਿਸਾਬ ਨਾਲ ਵੀ ਚੂਜ਼ ਕਰ ਸਕਦੇ ਹੋ, ਪਰ ਇਹ ਤੁਹਾਨੂੰ ਦੱਸਣ ਦਾ ਪ੍ਰੋਸੈਸ ਸੀ ਕਿ ਇਹਨਾਂ ਨੇ ਸਵਾਲ ਜਿਹੜੇ ਪੁੱਛਣੇ ਆ ਉਸ ਦਾ ਜਵਾਬ ਤੁਹਾਨੂੰ ਦੇਣਾ ਪੈਣਾ, ਅਤੇ ਉਸ ਤੋਂ ਬਾਅਦ ਤੁਹਾਨੂੰ ਕੰਟੀਨਿਊ ਤੁਹਾਡੀ ਕੰਪਲੀਟ ਵੈਰੀਫਿਕੇਸ਼ਨ ਦੇ ਲਈ ਤੁਸੀਂ ਕਰਨਾ ਕੀ ਹੈ, ਇਹਦੇ 'ਤੇ ਆਪਣਾ ਫੋਨ ਨੰਬਰ ਜਿਹੜਾ ਵੀ ਤੁਹਾਡੀ ਕੰਟਰੀ ਦਾ ਸਹੀ ਤੁਹਾਡੇ ਕੋਲ ਫੋਨ ਨੰਬਰ ਆ ਉਹਦੇ 'ਤੇ ਤੁਹਾਨੂੰ OTP ਆਏਗਾ, ਉਹ ਤੁਸੀਂ ਦੇਣਾ ਇਹਦੇ 'ਤੇ। ਹੁਣ ਜਦੋਂ ਤੁਹਾਡੇ ਇਹਦੇ 'ਤੇ ਵੈਰੀਫਿਕੇਸ਼ਨ ਹੋ ਗਈ ਫੋਨ ਨੰਬਰ ਦੀ, ਤੁਸੀਂ ਦੇਖ ਸਕਦੇ ਇਹਦੇ 'ਤੇ ਇਹਨਾਂ ਨੇ ਪੁੱਛਿਆ ਗਿਆ ਕਲਰਡ ਫੋਟੋ, ਤੁਹਾਡੀ ID ਦੀ ਜਿਹੜਾ ਵੀ ਤੁਹਾਡੇ ਕੋਲ ਪਾਸ ਹੈਗਾ ਕਿਸੇ ਵੀ ਕੰਟਰੀ 'ਚ ਤੁਸੀਂ ਹੋ ਸਕਦੇ ਹੋ ਯੂਰਪ ਦੀ। ਉਸ ਤੋਂ ਬਾਅਦ ਤੁਹਾਡਾ ਨਾਮ, ਡੇਟ ਆਫ ਬਰਥ, ਉਹਦੇ 'ਤੇ ਜੋ ਵੀ ID 'ਤੇ ਲਿਖਿਆ ਹੋਣਾ ਚਾਹੀਦਾ। ਤੁਸੀਂ ਆਪਣੇ ਪਾਸਪੋਰਟ ਦੇ ਲਈ ਇੱਥੇ ਪਾਸਪੋਰਟ ਅਪਲੋਡ ਕਰ ਸਕਦੇ ਹਾਂ ਜਾਂ ਫਿਰ ID ਦੀ ਫਰੰਟ ਸਾਈਡ ਜਾਂ ਬੈਕ ਸਾਈਡ। ਉਸ ਤੋਂ ਬਾਅਦ ਤੁਹਾਡੀ ਜਿਹੜੀ ਕੰਪਲੀਟ ਹੋ ਜਾਏਗੀ ਵੈਰੀਫਿਕੇਸ਼ਨ। ਇੱਕ ਵੈਰੀਫਿਕੇਸ਼ਨ ਜਦੋਂ ਹੋ ਗਈ ਪੂਰੀ, ਤੁਹਾਨੂੰ ਈਮੇਲ ਆਏਗੀ, ਤੁਸੀਂ ਦੇਖਣਾ ਇਹਦੇ 'ਚ ਜਾ ਕੇ ਜਿਹੜਾ ਤੁਹਾਡਾ ਟੈਕਸ ਨੰਬਰ ਆ ਉਹ ਵੀ ਤੁਸੀਂ ਇਹਦੇ 'ਚ ਦੇਣਾ ਆ ਦੇ ਕੇ, ਅਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਡਿਪੋਜ਼ਿਟ ਕਰਨੇ ਆ ਪੈਸੇ। ਹੁਣ ਜਦੋਂ ਤੁਸੀਂ ਡਿਪੋਜ਼ਿਟ ਕਰਨ ਦੇ ਲਈ ਜਾਓਗੇ ਇਹਦੇ 'ਚ ਤੁਸੀਂ ਦੇਖਦੇ ਆ ਕਿ ਕਿੰਨੀ ਮਿਨੀਮਮ ਅਮਾਊਂਟ ਜਿਹੜੀ ਤੁਸੀਂ ਕਰ ਸਕਦੇ ਆ। ਤੁਸੀਂ ਹੁਣ ਇਹਦੇ 'ਤੇ $50 ਲਾਓਗੇ ਨਹੀਂ ਕਰ ਸਕਦੇ, ਤੁਹਾਨੂੰ ਘੱਟ ਤੋਂ ਘੱਟ $200 ਜਿਹੜਾ ਕਰਨਾ ਪੈਣਾ। $200 ਦੀ ਉਹਨਾਂ ਨੇ ਲਿਮਿਟ ਲਾਈ ਹੋਈ ਆ ਯੂਰੋ 'ਚ, ਕਿਉਂਕਿ ਮੈਂ ਯੂਰਪ 'ਚ ਹਾਂ, ਡੋਲਰ ਦੇ ਵਿੱਚ ਆਪਣੇ ਆਪ ਕਨਵਰਟ ਹੋ ਜਾਣਾ, $232 ਹੋ ਜਾਣੇ ਆ, ਅਤੇ ਇਹਦੇ ਵਿੱਚ ਤੁਸੀਂ ਚੂਜ਼ ਜਿਹੜਾ ਮਰਜ਼ੀ ਕਰ ਸਕਦੇ ਆ ਕਿ ਕਿਵੇਂ ਤੁਸੀਂ ਇਹਦੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਆ। ਪੇਪਾਲ ਵੀ ਕਰ ਸਕਦੇ ਆ ਤੁਸੀਂ, ਸਕਰੇਲ 'ਤੇ ਹੈਗਾ ਤੁਹਾਡੇ ਕੋਲ ਸਕਰੇਲ, ਇਹ ਸਾਰੇ ਆਪਸ਼ਨਸ ਅਵੇਲੇਬਲ ਨੇ, ਪਰ ਜਿਹੜਾ ਸੋਫੋਟ ਆ ਇਹਦੇ ਥਰੂ ਤੁਹਾਡੇ ਕੋਲ 1-2 ਸੈਕਿੰਡ ਦੇ ਵਿੱਚ ਹੀ ਪੈਸੇ ਆ ਜਾਂਦੇ, ਇੱਧਰੋਂ ਪੈਸੇ ਕੱਟ ਹੁੰਦੇ ਆ ਤੁਹਾਡੇ ਅਕਾਊਂਟ ਦੇ ਵਿੱਚ, ਇੱਥੇ ਟ੍ਰੇਡਿੰਗ ਐਪ ਦੇ ਵਿੱਚ ਉਸੇ ਟਾਈਮ ਆ ਜਾਂਦੇ ਆ।
ਤੇ ਹੋਰ ਕੋਈ ਮੈਂ ਜਿਹੜਾ ਇਹਦੇ ਵਿੱਚ ਜ਼ਿਆਦਾ ਯੂਜ਼ ਨਹੀਂ ਕੀਤਾ, ਸਿਰਫ ਮੈਂ ਸੋਫੋਰ ਦੇ ਥਰੂ ਪੈਸੇ ਪੇ ਕੀਤੇ ਆ, ਪਰ ਪੇਪਾਲ ਦੇ ਥਰੂ ਮੈਂ ਦੇਖਿਆ ਅਤੇ ਕ੍ਰੈਡਿਟ ਦੇ ਜਿਹੜਾ ਥਰੂ ਮੈਂ ਦੇਖਿਆ ਹੋਇਆ ਕਿ ਪੈਸੇ ਲੋਕ ਕਿਵੇਂ ਕਰਦੇ ਆ, ਅਤੇ ਉਸੇ ਟਾਈਮ ਆ ਜਾਂਦੇ ਆ ਜਿਵੇਂ ਕਿ ਮੈਨੂੰ ਨੌਲੇਜ ਆ, ਉਵੇਂ ਹੀ ਮੈਂ ਤੁਹਾਨੂੰ ਦੱਸ ਰਿਹਾ। ਜਿਹੜੀ ਮੈਂ ਪਰਸਨਲ ਯੂਜ਼ ਕੀਤੀ ਆ ਉਹ ਸੋਫੋਰ ਕੀਤੀ ਆ, ਕਿਉਂਕਿ ਯੂਰਪ ਦੇ ਵਿੱਚ ਕਲਰਨਾ ਜਿਹੜੀ ਆ ਉਹ ਚੱਲਦੀ ਪਈ ਆ ਕਾਫ਼ੀ ਪਾਪੂਲਰ, ਅਤੇ 1-2 ਸੈਕਿੰਡ ਦੇ ਵਿੱਚ ਹੀ ਤੁਹਾਡੇ ਕੋਲ ਇੱਥੇ ਪੈਸੇ ਆ ਜਾਂਦੇ ਆ। ਜਿਹੜਾ ਤੁਹਾਡਾ ਅਕਾਊਂਟ ਹੋਣਾ ਚਾਹੀਦਾ ਜਿਸ ਤੋਂ ਵੀ ਤੁਸੀਂ ਪੈਸੇ ਟ੍ਰਾਂਸਫਰ ਕਰੋਗੇ, ਉਹੀ ਨਾਂ 'ਤੇ ਤੁਹਾਡਾ ਇੱਥੇ ਅਕਾਊਂਟ ਹੋਣਾ ਚਾਹੀਦਾ, ਵੈਸੇ ਤੁਹਾਡੇ ਅਕਾਊਂਟ ਦੇ ਵਿੱਚ ਇੱਥੇ ਪੈਸੇ ਨਹੀਂ ਆਉਣਗੇ। ਅਤੇ ਦੂਸਰੀ ਗੱਲ, ਜਦੋਂ ਤੁਸੀਂ ਇੱਥੋਂ ਪੈਸੇ ਕਢਾਉਣੇ ਵੀ ਆ, ਉਸ ਵੇਲੇ ਵੀ ਤੁਸੀਂ ਉਸੇ ਅਕਾਊਂਟ ਦੇ ਵਿੱਚ ਪੈਸੇ ਪਵਾ ਸਕਦੇ ਆ ਜਿਸ ਦੇ ਵਿੱਚ ਤੁਸੀਂ ਟ੍ਰਾਂਸਫਰ ਕੀਤੇ ਸੀ। ਡਿਪੋਜ਼ਿਟ ਦੀ ਆਪਸ਼ਨ ਹੋ ਗਈ। ਇਸ ਤਰ੍ਹਾਂ ਤੁਹਾਡੇ ਕੋਲ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ, ਟ੍ਰੇਡ ਮਾਰਕੀਟ ਦੇ ਵਿੱਚ ਇੱਥੇ ਤੁਹਾਡੇ ਕੋਲ ਸਾਰਾ ਕੁਛ ਇਹਦੇ ਬਾਰੇ 'ਚ ਆਏਗਾ। ਟੈਕਨੋਲੋਜੀ ਦੀਆਂ ਕੰਪਨੀਆਂ, ਟੈਸਲਾ, ਗੂਗਲ, ETFs ਸਾਰੇ ਇਹਦੇ ਵਿੱਚ ਅਵੇਲੇਬਲ ਨੇ, ਅਤੇ ਕ੍ਰਿਪਟੋ ਕਰੰਸੀਸ ਤੁਸੀਂ ਦੇਖ ਸਕਦੇ ਹਾਂ। ਉਸ ਤੋਂ ਬਾਅਦ ਇੰਡੈਕਸ ਜਿੰਨੇ ਵੀ ਹੈਗੇ ਆ ਉਹ ਦੇਖ ਸਕਦੇ ਹਾਂ, ਸਿਲਵਰ ਹੋ ਗਿਆ, ਗੋਲਡ ਹੋ ਗਿਆ ਅਤੇ ਹੋਰ ਕਰੰਸੀਸ, ਇਹ ਸਾਰੀ ਤੁਸੀਂ ਟ੍ਰੇਡਿੰਗ ਇਹਦੇ ਵਿੱਚ ਕਰ ਸਕਦੇ ਹਾਂ। ਅਗਲੀ ਵੀਡੀਓ 'ਚ ਦੱਸਾਂਗਾ ਇਹਦੇ ਵਿੱਚ ਸਟੋਕਸ ਕਿਵੇਂ ਖਰੀਦ ਸਕਦੇ ਹਾਂ, ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਆ ਸਪਰੈਡ ਕਿੰਨੀ ਹੋਏਗੀ, ਫੀਸ ਕਿੰਨੀ ਆ ਇਹਦੀ ਵਿਦਡਰਾਅਲ ਕਰਾਉਣੇ ਦੀ ਜਾਂ ਡਿਪੋਜ਼ਿਟ ਕਰਨੇ ਦੀ, ਜਾਂ ਹੋਰ ਜਿਵੇਂ ਆਪਸ਼ਨਸ ਇਹਦੇ ਵਿੱਚ। ਸਭ ਤੋਂ ਵੱਡੀ ਆਪਸ਼ਨ ਹੈਗੀ ਆ ਕਾਪੀ ਟ੍ਰੇਡਿੰਗ, ਲੋਕਾਂ ਨੂੰ ਜਿਹੜੇ ਲੋਕਾਂ ਨੇ ਪ੍ਰੋਫਿਟ ਬਣਾਇਆ ਹੋਇਆ ਉਹਨਾਂ ਨੂੰ ਕਾਪੀ ਕਰਕੇ ਤੁਸੀਂ ਮਹੀਨੇ ਦੇ ਮਹੀਨੇ ਪ੍ਰੋਫਿਟ ਬਣਾ ਸਕਦੇ ਆ। ਜਿਵੇਂ ਕਿ ਇਹਨੇ ਆਹ ਮਹੀਨੇ ਦੇ ਵਿੱਚ 61% ਪੈਸੇ ਵਧਾਏ ਆ ਆਪਣੇ, ਜੇ ਤੁਸੀਂ ਇਹਨੂੰ ਕਾਪੀ ਕਰਕੇ ਪੈਸੇ ਲਗਾਏ ਹੁੰਦੇ ਤੁਹਾਡੇ ਵੀ 61% ਤੱਕ ਪੈਸੇ ਵੱਧ ਜਾਣੇ ਸੀ, ਜੇ ਤੁਸੀਂ 100 ਯੂਰੋ ਲਾਇਆ ਹੁੰਦਾ ਤਾਂ ਤੁਹਾਡੇ 60 ਯੂਰੋ ਹੋਰ ਵੱਧ ਜਾਣੇ ਸੀ। ਇਸ ਤਰ੍ਹਾਂ ਲੋਕਾਂ ਨੂੰ ਕਾਪੀ ਵੀ ਕਰ ਸਕਦੇ ਹਾਂ। ਇਸ 'ਤੇ ਪੂਰੀ ਫੁੱਲ ਵੀਡੀਓ ਬਣਾਊਂਗਾ, ਜੇ ਤੁਹਾਡੇ ਹੋਰ ਕੁਐਸਚਨਸ ਨੇ ਤੁਸੀਂ ਥੱਲੇ ਲਿਖ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ, ਅਤੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਆ ਜੋ ਤੁਹਾਡਾ ਕੋਈ ਸਵਾਲ ਆ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਆਈ ਹੋਪ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਣਗੀਆਂ।